ਆ ਦੇਖੋ ਲੋਕਾਂ ਦੇ ਨਾਲ ਕਿੰਨੀ ਮਾੜੀ ਹੋ ਗਈ ਇਹ ਵਿਚਾਰਾ ਆਟੋ ਵਾਲਾ ਆਰਾਮ ਦੇ ਨਾਲ ਆ ਰਿਹਾ ਹੁੰਦਾ ਏ ਇੱਕ ਮੋਟਰਸਾਈਕਲ ਇਸ ਦੇ ਵਿੱਚ ਆ ਕੇ ਟਕਰਾਉਂਦੀ ਹੈ ਜਿਸ ਤੋਂ ਬਾਅਦ ਆਟੋ ਦਾ ਗੇਅਰ ਅੜ ਗਿਆ ਅਤੇ ਚੱਕਰੀ ਵਾਂਗ ਦੇਖੋ ਫਿਰ ਕਿਵੇਂ ਇਹ ਆਟੋ ਘੁੰਮਣ ਲੱਗ ਗਿਆ ਇਸ ਦੇ ਅੰਦਰ ਬੈਠੇ ਸਵਾਰੀਆਂ ਅਤੇ ਚਾਲਕ ਬੁੜਕ ਕੇ ਬਾਹਰ ਡਿੱਗੇ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਕਿਉਂਕਿ ਅਜਿਹੇ ਹਾਦਸੇ ਜਿਹੜੇ ਨੇ ਘੱਟ ਦੇਖਣ ਨੂੰ ਮਿਲਦੇ ਨੇ ਕਿਉਂਕਿ ਇਸ ਦੇ ਵਿੱਚ ਸਾਫ਼ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਵਾਲੇ ਦਾ ਕਸੂਰ ਹੈ ਮੋਟਰਸਾਈਕਲ ਵਾਲਾ ਤੇਜ਼ ਰਫ਼ਤਾਰ ਦੇ ਵਿੱਚ ਆ ਕੇ ਸਿੱਧਾ ਆਟੋ 'ਚ ਵੱਜਦਾ ਹੈ ਉਸ ਤੋਂ ਬਾਅਦ ਆਟੋ ਦਾ ਗੇਅਰ ਅੜ ਗਿਆ ਅਤੇ ਆਟੋ ਭੰਭੀਰੀ ਵਾਂਗ ਗੋਲ ਗੋਲ ਘੁੰਮਣ ਲੱਗ ਪਿਆ ਇਸ ਦੇ ਹੇਠਾਂ ਕਈ ਸ਼ਖਸ ਆਏ ਹਾਲਾਂਕਿ ਆਟੋ ਦਾ ਜਿਹੜਾ ਭਾਰ ਹੈ ਉਹ ਘੱਟ ਹੁੰਦਾ ਹੈ ਤਾਂ ਕਰਕੇ ਲੋਕਾਂ ਦੀ ਜਾਨ ਤਾਂ ਨਹੀਂ ਗਈ ਪਰ ਹੱਡ ਪੈਰ ਜ਼ਰੂਰ ਟੁੱਟੇ ਨੇ ਤਸਵੀਰਾਂ ਮਹਾਰਾਸ਼ਟਰ ਦੇ ਕੋਲਹਾਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕਾਂ ਨੂੰ ਆਟੋ ਨੇ ਦਰੜ ਦਿੱਤਾ ਹਾਲਾਂਕਿ ਆਟੋ ਚਾਲਕ ਦੀ ਇਸ ਦੇ ਵਿੱਚ ਕੋਈ ਵੀ ਗਲਤੀ ਨਜ਼ਰ ਨਹੀਂ ਆ ਰਹੀ ਹੈ ਅੰਤ ਤੱਕ ਉਸਨੇ ਆਟੋ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਵਿਚਾਰਾ ਬਾਹਰ ਬੁੜਕ ਕੇ ਦੇਖੋ ਕਿਵੇਂ ਡਿੱਗ ਪਿਆ ਬੇਕਾਬੂ ਆਟੋ ਨੇ ਕਈ ਲੋਕਾਂ ਨੂੰ ਟੱਕਰ ਮਾਰੀ ਇੱਕ ਸ਼ਖਸ ਜੋ ਕਿ ਆਟੋ ਤੋਂ ਬਾਹਰ ਡਿੱਗੇ ਲੋਕਾਂ ਨੂੰ ਬਚਾਉਣ ਗਿਆ ਅਤੇ ਉਹਨਾਂ ਦੇ ਉੱਤੇ ਵੀ ਘੁੰਮ ਕੇ ਆਟੋ ਝੜ ਜਾਂਦਾ ਹੈ CCTV ਤਸਵੀਰਾਂ ਦੇ ਵਿੱਚ ਇਹ ਹਾਦਸਾ ਕੈਦ ਹੋਇਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੁਣ ਕਾਫੀ ਵਾਇਰਲ ਹੋ ਰਿਹਾ ਹੈ ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਹਾਦਸੇ ਦੇ ਵਿੱਚ ਮਾਲੀ ਨੁਕਸਾਨ ਤਾਂ ਜ਼ਰੂਰ ਹੋਇਆ ਹੈ ਮੋਟਰਸਾਈਕਲ ਆਟੋ ਅਤੇ ਸਾਹਮਣੇ ਦੁਕਾਨ ਦੇ ਲੱਗੇ ਬੋਰਡ ਜ਼ਰੂਰ ਟੁੱਟੇ ਨੇ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਇਹ ਮਹਾਰਾਸ਼ਟਰ ਦੇ ਕੋਲਹਾਪੁਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਹ ਹਾਦਸਾ ਹੋਇਆ ਹੈ